ਵੀਰ ਸਤਿ ਸ਼੍ਰੀ ਅਕਾਲ ਜੀ, ਆਪਾਂ ਤੁਹਾਨੂੰ ਦਿਖਾਉਣੇ ਰਿਵਰਸੀਬਲ ਕਰਾ, ਇੱਕ ਇੰਪਲੀਮੈਂਟ ਆਪਾਂ ਹੋਰ ਐਡ ਕੀਤਾ ਨਵਾਂ, ਤੁਸੀਂ ਚੈੱਕ ਕਰ ਸਕਦੇ ਹੋ। ਪਹਿਲਾਂ 360 ਡਿਗਰੀ ਘੁੰਮਦਾ ਸੀ ਨਾ, ਹੁਣ ਇਹ ਰਿਵਰਸੀਬਲ ਵੀ ਆਪਾਂ ਐਡ ਕੀਤਾ ਕਰਾ, ਵੀ ਟਰੈਕਟਰ ਦੇ ਡਿਸਟਰੀਬਿਊਟਰ ਦੇ ਨਾਲ ਹੀ ਤੁਸੀਂ ਇਹਨੂੰ ਰਿਵਰਸੀਬਲ ਘੁਮਾ ਕਰ ਸਕਦੇ ਹੋ। ਰਿਵਰਸ ਮਤਲਬ ਕਿ ਅਪ ਡਾਊਨ ਅੱਗੇ ਅਤੇ ਪਿੱਛੇ ਆਸਾਨੀ ਨਾਲ ਟਰੈਕਟਰ ਦੇ ਬੈਠੇ ਹੀ ਕਰ ਸਕਦੇ ਹੋ। ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ, ਮੈਂ ਚਰਨਜੀਤ ਸਵਾਗਤ ਕਰਦਾ ਅੱਜ ਦੀ ਸਪੀਡ ਦੇ ਵਿੱਚ। ਆਪਾਂ ਤੁਹਾਨੂੰ ਦਿਖਾਉਣੇ ਰਿਵਰਸੀਬਲ ਕਰਾ। ਪਹਿਲਾਂ ਜਿਵੇਂ ਆਪਣੇ 360 ਡਿਗਰੀ ਕਰਾ ਦੇਖਿਆ ਤੁਸੀਂ, ਸਿੰਪਲ ਕਰਾ ਦੇਖਿਆ, ਹੁਣ ਇੱਕ ਕਰਾ ਹੋਰ ਆਪਾਂ ਐਡ ਕਰ ਦਿੱਤਾ ਗਾ, ਡੀਲਕਸ ਮਾਡਲ ਰਿਵਰਸੀਬਲ। ਇਹਦੇ ਵਿੱਚ ਤੁਸੀਂ ਸਿੰਪਲ ਮਾਡਲ ਵੀ ਕਰਾ ਸਕਦੇ ਹੋ, ਸਿੰਪਲ ਹਿੱਚ ਵਾਲਾ ਅਤੇ ਕਿ ਆਪਣੀ ਡੀਲਕਸ ਹਿੱਚ ਆਪਾਂ ਕਹਿ ਸਕਦੇ ਹਾਂ ਇਹਨੂੰ। ਹਾਈਡ੍ਰੋਲਿਕ ਆ ਜੀ ਇਹ, ਅਪ ਡਾਊਨ ਇਹਨੂੰ ਤੁਸੀਂ ਆਸਾਨੀ ਨਾਲ ਡਿਸਟਰੀਬਿਊਟਰ ਨਾਲ ਕਰ ਸਕਦੇ ਹੋ, ਵੀ ਬੈਕ ਵੀ ਚਲਾਉਣਾ, ਟਰੈਕਟਰ 'ਤੇ ਬੈਠੇ ਬੈਠੇ ਹੀ ਸਿੱਧਾ ਚਲਾਉਣਾ, ਉਹ ਤੁਹਾਡੇ 'ਤੇ ਡਿਪੈਂਡ ਆ, ਹੈ ਨਾ ਜੀ। ਇਹਨੂੰ ਹੈਵੀ ਡਿਊਟੀ ਸ਼ੀਟ ਲੱਗੀ ਆ 6 mm ਦੀ, ਮੋਸਟਲੀ 10 ਗੇਜ ਦੀ ਜਾਂ 12 ਗੇਜ ਦੀ ਚਾਦਰਾਂ ਲਾਈਆਂ ਜਾਂਦੀਆਂ। ਇਹਦੇ ਵਿੱਚ ਆਪਾਂ ਇਹਦੇ ਵਿੱਚ 6 mm ਦੀ 200 ਤੋਂ ਮੋਟੀ ਚਾਦਰ ਲੱਗੀ ਆ, ਬਲੇਡ ਦੋਨੇ ਹੈਵੀ ਡਿਊਟੀ ਲੱਗੇ ਨੇਗੇ, ਹਿੱਚ ਇਹਦੀ ਲੇਜ਼ਰ ਕਟਿੰਗ ਲੱਗੀ ਆ, ਬਾਕੀ ਹੈਵੀ ਡਿਊਟੀ ਜੈਕ ਲੱਗਿਆ ਹੈਗਾ। ਤੁਸੀਂ ਇਹਨੂੰ ਖੇਤ ਦੇ ਵਿੱਚ ਅੱਗੇ ਲਵਾਉਣਾ ਜਾਂ ਪਿੱਛੇ, ਹੈ ਨਾ, ਬੜੀ ਆਸਾਨੀ ਨਾਲ ਕੰਮ ਲੈ ਸਕਦੇ ਹੋ। ਕਲਿੱਪ ਮੈਂ ਲਾਤੀ ਆ, ਤੁਸੀਂ ਚੈੱਕ ਕਰ ਸਕਦੇ ਹੋ ਵੀ ਇਹਨੇ ਕਿਵੇਂ ਕੰਮ ਕਰਨਾ ਹੈਗਾ। ਬਾਕੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਆ, ਸਕਰੀਨ 'ਤੇ ਨੰਬਰ ਚੱਲ ਰਿਹਾ, ਕਾਲ ਕਰਕੇ ਜਾਣਕਾਰੀ ਲੈ ਲਓ। ਧੰਨਵਾਦ ਜੀ। ਵੀਰ ਸਤਿ ਸ਼੍ਰੀ ਅਕਾਲ ਜੀ, ਆਪਾਂ ਤੁਹਾਨੂੰ ਦਿਖਾਉਣੇ ਰਿਵਰਸੀਬਲ ਕਰਾ, ਇੱਕ ਇੰਪਲੀਮੈਂਟ ਆਪਾਂ ਹੋਰ ਐਡ ਕੀਤਾ ਨਵਾਂ, ਤੁਸੀਂ ਚੈੱਕ ਕਰ ਸਕਦੇ ਹੋ। ਪਹਿਲਾਂ 360 ਡਿਗਰੀ ਘੁੰਮਦਾ ਸੀ ਨਾ, ਹੁਣ ਇਹ ਰਿਵਰਸੀਬਲ ਵੀ ਆਪਾਂ ਐਡ ਕੀਤਾ ਕਰਾ, ਵੀ ਟਰੈਕਟਰ ਦੇ ਡਿਸਟਰੀਬਿਊਟਰ ਦੇ ਨਾਲ ਹੀ ਤੁਸੀਂ ਇਹਨੂੰ ਰਿਵਰਸੀਬਲ ਘੁਮਾ ਕਰ ਸਕਦੇ ਹੋ। ਰਿਵਰਸ ਮਤਲਬ ਕਿ ਅਪ ਡਾਊਨ ਅੱਗੇ ਅਤੇ ਪਿੱਛੇ ਆਸਾਨੀ ਨਾਲ ਟਰੈਕਟਰ ਦੇ ਬੈਠੇ ਹੀ ਕਰ ਸਕਦੇ ਹੋ। ਸਕਰੀਨ 'ਤੇ ਨੰਬਰ ਚੱਲ ਰਿਹਾ, ਕਿਸੇ ਤਰ੍ਹਾਂ ਜਾਣਕਾਰੀ ਚਾਹੀਦੀ ਹੈ ਤਾਂ ਕਾਲ ਕਰਕੇ ਜਾਣਕਾਰੀ ਲੈ ਲਓ। ਧੰਨਵਾਦ।